ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਖਫਾ ਜਿਹੜਾ ਧੜਾ ਹੈ, ਵਿਰੋਧੀ ਧੜਾ, ਉਹ ਕੁਛ ਸਮੇਂ ਬਾਅਦ ਇੱਥੇ ਪਹੁੰਚਣ ਵਾਲਾ ਹੈ। ਇਸ ਧੜੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਬੀਬੀ ਜਾਗੀਰ ਕੌਰ ਅਤੇ ਨਾਲ ਮਨਜੀਤ ਸਿੰਘ ਪੂਰਾ ਕੋਹਨਾ ਔਰ ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਸੁੱਚਾ ਸਿੰਘ ਛੋਟੇਪੁਰ ਦੇ ਨਾਲ ਗੁਰੂ ਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਸਾਹਿਬਾਨ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਰਹੇ ਨੇ ਔਰ ਖਿਮਾ ਯਾਚਨਾ ਕਰਨਗੇ, ਕਿਉਂਕਿ ਜੇ ਗੱਲ ਕਰ ਲਈਏ 2007 ਤੋਂ ਲੈ ਕੇ 2017 ਤੱਕ ਅਤੇ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ ਅਤੇ ਇਹ ਲੀਡਰ ਇਸ ਸਰਕਾਰ ਦਾ ਹਿੱਸਾ ਵੀ ਰਹੇ ਨੇ, ਤਾਂ ਉਸ ਦੌਰਾਨ ਸੱਚਾ ਸੌਦਾ ਸਾਧ ਨੂੰ ਜਿਹੜੀ ਮਾਫ਼ੀ ਦਿੱਤੀ ਗਈ ਸੀ ਅਤੇ ਹੋਰ ਵੀ ਜਿਹੜੀਆਂ ਭੁੱਲਾਂ ਹੋਈਆਂ ਨੇ ਪਾਰਟੀ ਤੋਂ, ਉਹ ਭੁੱਲਾਂ ਬਖਸ਼ਾਉਣ ਵਾਸਤੇ ਅੱਜ ਇਹ ਲੀਡਰ ਇੱਥੇ ਪਹੁੰਚ ਰਹੇ ਨੇ। ਲਗਾਤਾਰ ਪੈਰਲਰ ਮੀਟਿੰਗਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਔਰ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਪ੍ਰਧਾਨਗੀ ਨੂੰ ਚੈਲੰਜ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਹਨਾਂ ਦਾ ਇਹੀ ਆਖਣਾ ਵੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਬਾਦਲ ਜਿਹੜਾ ਕਿ ਦੋ ਵਿਧਾਨ ਸਭਾ ਇਲੈਕਸ਼ਨ ਅਤੇ ਇੱਕ ਲੋਕ ਸਭਾ ਇਲੈਕਸ਼ਨ ਵਿੱਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ, ਜਿਸ ਤੋਂ ਬਾਅਦ ਲਗਾਤਾਰ ਧੜੇਬੰਦੀ ਜਿਹੜੀ ਕਿ ਉਹ ਆਪਣਾ ਆਵਾਜ਼ ਜਿਹੜੀ ਕਿ ਉਹ ਬੁਲੰਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਔਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਜਾਣੀ ਹੈ, ਇਹਨਾਂ ਲੀਡਰ ਸਾਹਿਬਾਨਾਂ ਨਾਲ ਔਰ ਖਿਮਾ ਯਾਚਨਾ ਵੀ ਕੀਤੀ ਜਾਣੀ ਹੈ, ਕਿਉਂਕਿ ਜੋ ਇਹ ਸਰਕਾਰ ਦਾ ਹਿੱਸਾ ਵੀ ਰਹੇ ਨੇ ਤਾਂ ਉਸ ਸਰਕਾਰ ਦੌਰਾਨ ਜੋ ਭੁੱਲਾਂ ਚੱਕੋ ਹੋਈਆਂ ਨੇ ਉਸਦੀ ਖਿਮਾ ਯਾਚਨਾ ਵੀ ਕੀਤੀ ਜਾਣੀ ਹੈ ਅਤੇ ਨਾਲ ਨਾਲ ਕੋਈ ਵੱਡਾ ਐਲਾਨ ਵੀ ਜਿਹੜਾ ਕਿ ਉਹ ਇਹਨਾਂ ਆਗੂਆਂ ਵੱਲੋਂ ਕੀਤਾ ਜਾ ਸਕਦਾ। ਤਾਂ ਫਿਲਹਾਲ ਇਹ ਆਗੂ ਜਿਹੜਾ ਕੁਛ ਸਮੇਂ ਬਾਅਦ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਵਾਲੇ ਨੇ। ਕੈਮਰਾ ਪਰਸਨ ਵਿਪਲ ਸ਼ਰਮਾ ਨਾਲ ਸਿਕੰਦਰ ਪਛਵੀ ਝਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਖਫਾ ਜਿਹੜਾ ਧੜਾ ਹੈ, ਵਿਰੋਧੀ ਧੜਾ, ਉਹ ਕੁਛ ਸਮੇਂ ਬਾਅਦ ਇੱਥੇ ਪਹੁੰਚਣ ਵਾਲਾ ਹੈ। ਇਸ ਧੜੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਬੀਬੀ ਜਾਗੀਰ ਕੌਰ ਅਤੇ ਨਾਲ ਮਨਜੀਤ ਸਿੰਘ ਪੂਰਾ ਕੋਹਨਾ ਔਰ ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਸੁੱਚਾ ਸਿੰਘ ਛੋਟੇਪੁਰ ਦੇ ਨਾਲ ਗੁਰੂ ਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਸਾਹਿਬਾਨ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਰਹੇ ਨੇ ਔਰ ਖਿਮਾ ਯਾਚਨਾ ਕਰਨਗੇ, ਕਿਉਂਕਿ ਜੇ ਗੱਲ ਕਰ ਲਈਏ 2007 ਤੋਂ ਲੈ ਕੇ 2017 ਤੱਕ ਅਤੇ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ ਅਤੇ ਇਹ ਲੀਡਰ ਇਸ ਸਰਕਾਰ ਦਾ ਹਿੱਸਾ ਵੀ ਰਹੇ ਨੇ, ਤਾਂ ਉਸ ਦੌਰਾਨ ਸੱਚਾ ਸੌਦਾ ਸਾਧ ਨੂੰ ਜਿਹੜੀ ਮਾਫ਼ੀ ਦਿੱਤੀ ਗਈ ਸੀ ਅਤੇ ਹੋਰ ਵੀ ਜਿਹੜੀਆਂ ਭੁੱਲਾਂ ਹੋਈਆਂ ਨੇ ਪਾਰਟੀ ਤੋਂ, ਉਹ ਭੁੱਲਾਂ ਬਖਸ਼ਾਉਣ ਵਾਸਤੇ ਅੱਜ ਇਹ ਲੀਡਰ ਇੱਥੇ ਪਹੁੰਚ ਰਹੇ ਨੇ। ਲਗਾਤਾਰ ਪੈਰਲਰ ਮੀਟਿੰਗਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਔਰ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਪ੍ਰਧਾਨਗੀ ਨੂੰ ਚੈਲੰਜ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਹਨਾਂ ਦਾ ਇਹੀ ਆਖਣਾ ਵੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਬਾਦਲ ਜਿਹੜਾ ਕਿ ਦੋ ਵਿਧਾਨ ਸਭਾ ਇਲੈਕਸ਼ਨ ਅਤੇ ਇੱਕ ਲੋਕ ਸਭਾ ਇਲੈਕਸ਼ਨ ਵਿੱਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ, ਜਿਸ ਤੋਂ ਬਾਅਦ ਲਗਾਤਾਰ ਧੜੇਬੰਦੀ ਜਿਹੜੀ ਕਿ ਉਹ ਆਪਣਾ ਆਵਾਜ਼ ਜਿਹੜੀ ਕਿ ਉਹ ਬੁਲੰਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਔਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਜਾਣੀ ਹੈ, ਇਹਨਾਂ ਲੀਡਰ ਸਾਹਿਬਾਨਾਂ ਨਾਲ ਔਰ ਖਿਮਾ ਯਾਚਨਾ ਵੀ ਕੀਤੀ ਜਾਣੀ ਹੈ, ਕਿਉਂਕਿ ਜੋ ਇਹ ਸਰਕਾਰ ਦਾ ਹਿੱਸਾ ਵੀ ਰਹੇ ਨੇ ਤਾਂ ਉਸ ਸਰਕਾਰ ਦੌਰਾਨ ਜੋ ਭੁੱਲਾਂ ਚੱਕੋ ਹੋਈਆਂ ਨੇ ਉਸਦੀ ਖਿਮਾ ਯਾਚਨਾ ਵੀ ਕੀਤੀ ਜਾਣੀ ਹੈ ਅਤੇ ਨਾਲ ਨਾਲ ਕੋਈ ਵੱਡਾ ਐਲਾਨ ਵੀ ਜਿਹੜਾ ਕਿ ਉਹ ਇਹਨਾਂ ਆਗੂਆਂ ਵੱਲੋਂ ਕੀਤਾ ਜਾ ਸਕਦਾ। ਤਾਂ ਫਿਲਹਾਲ ਇਹ ਆਗੂ ਜਿਹੜਾ ਕੁਛ ਸਮੇਂ ਬਾਅਦ ਇੱਥੇ
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਵਾਲੇ ਨੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਾਸ ਵਿਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।